मनीषा की फर्स्ट एनिवर्सरी और सेलिब्रेट करने हम जा रहे हैं विंटरबर्ग। जर्नी स्टार्टेड और हम सुबह के 4:30 के उठे हुए हैं और ट्रेन थी 6:30 और ट्रेन 10 मिनट लेट थी, लेकिन विशु नहीं उठे थे 4:30। विशु तो कुछ साढ़े 5 बजे उठा। VIP लोग गाइस, ब्रेकफास्ट टाइम और हम खा रहे हैं सैंडविचेस। मम्मी ने बनाए हैं, बड़े टेस्टी हैं। किसने बनाए हैं? मम्मी ने। मम्मी ने बनाया है, मासी खा रही है। पागल हो गए हैं ये लोग सारे, मुझे मम्मी छेड़ते हैं क्योंकि मैं इन सबके लिए इतने प्यार से खाना वाना बनाती हूँ। सीरियसली सानू मम्मी वाला प्यार मिलता है क्योंकि सानू रोज सवेरे शामी दोपहरे वो पूछती रहती की खादा की खाना की खाऊंगे, तो इसलिए आप निकने मम्मी रखे है ना। फॉरेन कंट्री से खाना ना बनाना पे बने अपना एमडे। थैंक यू मम्मी, प्यार के साथ बहुत 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 टेस्टी है सैंडविचेस। वो तो चलो जे मम्मी ने कुछ किया हुआ, मैंने कॉर्नस डाले हैं। मम्मी ने जे कुछ किया हुआ तो मासी ने तो मिनट तो पहले ही उधर नु आना आता दो है नहीं ना ना बना पहले साइड दे। चलो गाइस अच्छा उन खा लिए, मैं वीडियो बनांदा रह गया हूं, खांदे रह गए जजी नहीं गल। चंगा चंगा बाय 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 बाय। तो गाइस हुन आपां डॉर्टमुंड पहुंच गए हैं, तो हुन आपां प्लेटफॉर्म नंबर 4 तो जा रहे हैं विंटरबर्ग। ओ देखो सिंगर भाई, भाई कुत्ता आ गया साडे पिछे नाल। इत्थे गाइस कुत्तियां नूं बंदियां नालों भी ज्यादा इज्जत दित्ती जांदी है, वैसे बंदी भी है बंदियां नालों ज्यादा ही वफादार हुंदे आ। ਸਾਨੂੰ ਲੱਗਣਗੇ ਪੂਰੇ 2 ਘੰਟੇ ਟ੍ਰੇਨ ਤੋਂ, ਤੇ ਆਪਾਂ ਹੁਣ ਸ਼ਾਇਦ ਫੇਰ ਪਹੁੰਚਾਂਗੇ, ਸ਼ਾਇਦ ਜਾਂ ਲੁੱਡੋ ਖੇਲਾਂਗੇ ਤੇ ਜਾਂ ਹੀ ਸੋ ਜਾਾਂਗੇ। ਜੈਕਟ ਜ਼ਿਆਦਾ ਖਾਂਦੀ ਹੈ ਤਾਂ ਹੀ ਬਹੁਤ ਸਾਡਾ ਪਤਲਾ ਹੋ ਗਿਆ। ਆਪਣਾ ਖਾਣਾ ਵੀ ਸਾਰਾ ਜੈਕਟ ਨੂੰ ਲੱਗੀ ਹੈ। ਚਲੋ ਕੋਈ ਨਹੀਂ ਆਪਾਂ ਖਵਾਵਾਂਗੇ ਇਹਨਾਂ ਨੂੰ, ਮੈਂ ਆਪਣੇ ਵਰਗਾ ਬਣਾ ਲਾ। ਸੋ ਗਾਇਸ ਵਿੰਟਰਬਰਗ ਦੀ ਟ੍ਰੇਨ RE57, ਇੱਥੇ ਸਿਸਟਮ ਇਹ ਆ, ਉਹ ਦੇਖੋ ਤੁਸੀਂ, ਉਹ ਦੇਖੋ ਲੇਡੀ ਉਹੀ ਸੇਮ ਕੁੱਤੇ ਵਾਲੀ। ਇਹਦੇ ਵੀ ਟ੍ਰੇਨ 'ਚ ਆਪਣੇ ਕੁੱਤੇ ਬਿੱਲੀਆਂ ਸਭ ਕੁਛ ਲੈ ਕੇ ਜਾ ਸਕਦੇ ਹੋ, ਸੋ ਇੱਦਾਂ ਦੀ ਕੋਈ ਟੈਨਸ਼ਨ ਹੀ ਨਹੀਂ ਹੈਗੀ। ਆਹ ਦੇਖੋ ਇਹ ਸਾਈਕਲ ਦਾ ਨਿਸ਼ਾਨ ਬਣਿਆ, ਮਤਲਬ ਇੱਥੇ ਸਾਈਕਲ ਜਾ ਸਕਦਾ ਇਹ ਵਾਲੇ ਡੱਬੇ 'ਚ। ਇਹਦੇ ਅੰਦਰ ਸਾਈਕਲ ਲਿਜਾ ਕੇ ਇੱਥੇ ਸਾਈਕਲ ਖੜਾ ਕਰਦੇ ਆ, ਅਤੇ ਸਾਈਕਲ ਦੀ ਜਗ੍ਹਾ ਬਣਾਈ ਹੋਈ ਆ ਪ੍ਰੋਪਰ ਇਹਨਾਂ ਨੇ। ਹੁਣ ਆਪਾਂ ਆ ਗਏ ਹਾਂ, ਇਹ ਸਾਡੇ ਨਾਲ ਇੱਕ ਨਵਾਂ ਹੀ ਬਲੈਂਡਰ ਹੋ ਗਿਆ, ਸਾਡਾ ਡੱਬਾ ਇੱਥੇ ਹੀ ਰਹਿ ਗਿਆ, ਅਗਲਿਆ ਟ੍ਰੇਨ ਅੱਗਿਓ ਅੱਗੇ ਨਿਕਲ ਗਈ ਡੋਏ 'ਚ ਵਿੱਚ। ਉੱਥੇ ਵੈਸੇ ਸਟਾਰਟਿੰਗ 'ਚ ਲਿਖਿਆ ਵੀ ਸੀਗਾ ਸਾਨੂੰ ਕਿ ਇੱਥੋਂ ਟ੍ਰੇਨ ਦਾ ਡੱਬਾ ਚੇਂਜ ਹੋਏਗਾ, ਡਿਵਾਈਡ ਹੋਏਗਾ, ਪਰ ਸਾਨੂੰ ਸਮਝ ਨਹੀਂ ਆਈ। ਅਸੀਂ ਪੁੱਛਿਆ ਉਨੀ ਦੇਰ ਨੂੰ ਟ੍ਰੇਨ ਚੱਲ ਵੀ ਗਈ, ਅਸੀਂ ਇੱਥੇ ਖੜ੍ਹੇ ਰਹਿ ਗਏ। ਸੋ ਗਾਇਸ ਕਿੱਦਾਂ ਦਾ ਐਕਸਪੀਰੀਅੰਸ ਤੁਹਾਡਾ ਜੀ? ਚਲੋ ਜੀ ਹੁਣ ਸਾਨੂੰ ਘੰਟੇ ਬਾਅਦ ਮਿਲੇਗੀ ਇੱਥੋਂ ਹੁਣ ਨਵੀਂ ਅਗਲੀ ਟ੍ਰੇਨ, ਉਨੀ ਦੇਰ ਆਪਾਂ ਦੇਖਦੇ ਹਾਂ ਫਿਰ। ਬੈਸਟ ਵਿਗ ਇੱਥੇ ਘੁੰਮਦੇ ਹਾਂ ਹੁਣ, ਹਿੰਦੀ ਫਿਲਮਾਂ ਦੀ ਫੀਲ ਆ ਰਹੀ ਪੂਰੀ। ਸਾਨੂੰ ਘੰਟੇ ਬਾਅਦ ਤੇ ਦੂਜੀ ਟ੍ਰੇਨ ਮਿਲ ਗਈ ਹੈ ਫਾਈਨਲੀ, ਅਸੀਂ ਫਿਰ ਬਹਿ ਗਏ ਟ੍ਰੇਨ 'ਚ। ਕਿੱਦਾਂ ਜੀ? ਹਮਨੇ ਕੌਫੀ ਪੀ ਕੇ ਆਪਣਾ ਟਾਈਮ ਪਾਸ ਕੀਆ, ਹਮਨੇ ਟਾਈਮ ਪਾਸ ਕੀਆ ਆਲਮੋਸਟ 50 ਮਿੰਟਸ। ਸੁਸਤੀ ਪੈ ਗਈ, ਸੁਸਤੀ ਪੈ ਗਈ ਭਾਜੀ, ਹੁਣ ਤਾਂ ਆਉਣ ਲੱਗਾ ਵਿੰਟਰ ਬਸ। ਆਈ ਸੀ ਚਾਹ ਚੜੂ, ਇਹ ਬਰਫ ਪੈ ਕੇ ਬਰਫ ਜਦੋਂ ਮੂੰਹ ਦੇ ਉੱਤੇ ਜ਼ੋਰ ਦੇ ਧਮਾਕੇਦਾਰ ਵੱਜੇ ਹੋਏ ਭਾਜੀ, ਤੁਹਾਡੀ ਬਰਫ ਵੱਜੇ ਮੂੰਹ ਤੇ ਫੇਰ
ਤੇ ਮੈਂ ਵੀ ਮਾਰੂੰਗਾ ਫਿਰ ਕੋਈ ਮਾਰੂੰਗਾ ਤਾਂ ਫਿਰ ਆਪਾਂ ਜਾਣ ਚਲੇ ਚਲੋ ਗਾਈਸ ਚਲੀਏ ਹੁਣ ਆਪਾਂ ਅੱਗੇ ਮਿੰਟਾਂ ਤੱਕ ਪਹੁੰਚਣ ਵਾਲੇ ਆਪਾਂ ਹੋਰ 20 ਮਿੰਟਾਂ 'ਚ ਫਿਰ ਉੱਥੇ ਜਾ ਕੇ ਦਿਖਾਉਂਦੇ ਤੁਹਾਨੂੰ ਪੂਰਾ ਸੀ ਜਾਈ ਕਿਧਰ ਜਾ ਟ੍ਰੇਨ ਵੀ ਉੱਚੀ ਜਾ ਰਹੀ ਹੈ ਜੀ ਉਹ ਦੇਖੋ ਹਾਈਟ ਤੇ ਜਾ ਰਹੇ ਆਪਾਂ ਇੱਥੇ ਸਾਨੂੰ ਟ੍ਰੇਨ ਨੇ ਲਾ ਦਿੱਤਾ ਅਸੀਂ ਪਹੁੰਚ ਗਏ ਭਾਈ ਇਹ ਬਰਫ਼ ਮਾਰਨੀ ਸੀ ਤੁਸੀਂ ਤਾਂ ਕਹਿੰਦੇ ਸੀ ਬਰਫ਼ ਮਾਰਨੀ ਉਹ ਤਾਂ ਗੰਦੀ ਬਰਫ਼ ਆ ਪਹੁੰਚ ਕੇ ਮਾਰਾਂਗੇ ਹਾਲੇ ਪਹੁੰਚੇ ਨਹੀਂ ਐਕਚੁਅਲੀ ਹਾਲੇ ਇੱਥੋਂ ਅਸੀਂ ਫਿਰ ਬੱਸ ਲੈ ਕੇ ਜਾਣੀ ਹੈ ਹੁਣ ਅੱਗੇ 5 ਮਿੰਟਾਂ 'ਚ ਸਾਡੀ ਬੱਸ ਆ ਅਤੇ ਬੱਸ ਸਟੋਪ 'ਤੇ ਖੜ੍ਹੇ ਆਪਾਂ ਸੋ ਗਾਇਸ ਅਸੀਂ ਹੁਣ ਬੱਸ 'ਚ ਬਹਿ ਗਏ ਹਾਂ ਉਹ ਦੇਖਿਓ ਜਿੱਦਾਂ ਐਂ ਕਰਦੇ ਵੀ ਜਦੋਂ ਉਹਨਾਂ ਦੀ ਵੀਡੀਓ ਬਣਾਉਣ ਦਾ ਨਿਕਲ ਗਏ ਬੈਕ ਕੈਮਰਾ ਯਾਰ ਇੱਧਰੋਂ ਨਾ ਆਪਸ਼ਨ ਨਹੀਂ ਆਉਂਦਾ ਤੋ ਅਸੀਂ ਹੁਣ ਬੱਸ 'ਚ ਬਹਿ ਗਏ ਹਾਂ ਹੁਣ ਅਸੀਂ ਜਾ ਰਹੇ ਹਾਂ ਸਕੀਇੰਗ ਕਰਨ ਜਿੱਥੇ ਜਾਂਦੇ ਆ ਸਾਰੇ ਉੱਥੇ ਚੱਲੇ ਹਾਂ ਸਾਨੂੰ ਆਉਂਦੀ ਤਾਂ ਹੈ ਨਹੀਂ ਕਿਸੇ ਨੂੰ ਅਸੀਂ ਦੇਖਣ ਚੱਲੇ ਹਾਂ ਦੇਖਣ ਚੱਲੇ ਹਾਂ ਕੋਈ ਨੈਕਸਟ ਟਾਈਮ ਅਸੀਂ ਖੁਦ ਕਰਨ ਚੱਲਾਂਗੇ ਵੈਸੇ ਅਸੀਂ ਬਹੁਤ ਮੋਟੀਵੇਟਿਡ ਆ ਕਿਉਂਕਿ ਇੱਥੇ ਬਹੁਤ ਹੀ ਬੁੱਢੇ ਬੁੱਢੇ ਮੋਸਟਲੀ ਮੈਨੂੰ ਲੱਗਦਾ 70 ਸਾਲਾਂ ਦੇ ਵੀ ਬੁੱਢੇ ਸਕੀਇੰਗ ਕਰਨ ਜਾ ਰਹੇ ਆ ਸਾਰੇ ਅਸੀਂ ਦੇਖ ਸਕਦੇ ਜਿੱਦਾਂ ਨਾ ਆਪਾਂ ਉਹ ਸਾਰੇ ਪਿੱਛੇ ਬੈਠੇ ਨੇ ਸਾਡੇ ਨਾਲ ਉਹ ਦੇਖੋ ਸਾਰੇ ਪਿੱਛੇ ਉਹ ਸਾਰੇ ਜਿਨ੍ਹਾਂ ਨੇ ਹੈਲਮੈਟ ਪਾਏ ਸਾਰੇ ਸਕੀਇੰਗ ਕਰਨ ਹੀ ਜਾ ਰਹੇ ਆ ਅਤੇ ਆਪਾਂ ਵੀ ਚੱਲੇ ਹਾਂ ਅਸੀਂ ਟੋਪੀਆਂ ਲੈ ਕੇ ਦੇਖਣ ਹੀ ਚੱਲੇ ਇਹਨਾਂ ਨੂੰ ਅੱਜ ਸਾਨੂੰ ਨਹੀਂ ਆਉਂਦੀ ਸੋ ਦਿਖਾਉਂਦੇ ਤੁਹਾਨੂੰ ਹੁਣ ਥੋੜ੍ਹੀ ਦੇਰ 'ਚ ਸ਼ਾਇਦ ਆਪਣੀ ਕੋਲ ਆਓ ਵੀ ਨਾ ਕਰੇ ਬਿਕੋਜ਼ ਵੀ ਡੋਂਟ ਹੈਵ ਕੋਸਟਿਊਮਸ ਸੋ ਹਮ ਕੋ ਅਲਾਓ ਵੀ ਨਾ ਕਰੇ ਗਾਇਜ਼ ਇੱਥੇ ਆਪਾਂ ਪਹੁੰਚ ਗਏ ਹਾਂ ਪਹੁੰਚ ਗਏ ਭਾਜੀ ਪਹੁੰਚ ਗਏ ਦੇਖੋ ਬਰਫੀ ਬਰਫ ਹੋਈ ਬਰਫੀ ਬਰਫ ਹੋਈ ਪਈ ਹੈ ਬਰਫੀ ਬਰਫ ਭਾਈ ਗੰਦੀ ਬਰਫ ਨਾਲ ਹੀ ਖੇਡੋ ਤੁਸੀਂ ਇਹ ਗੰਦੀ ਬਰਫ ਨਾਲ ਹੀ ਖੇਡਦਾ ਸਾਡਾ ਭਾਜੀ ਵਧੀਆ ਵਧੀਆ ਹਾਲੇ ਤੋਂ ਆਪਾਂ ਹਾਂ ਦੇਖੋ ਬਰਫ ਹੀ ਬਰਫ ਬਰਫ ਹੀ ਬਰਫ ਭਾਜੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਪਹੁੰਚ ਗਏ ਅਸੀਂ ਉੱਪਰ ਉਹ ਦੇਖੋ ਛੋਟੇ ਛੋਟੇ ਬੱਚੇ ਤੱਕ ਕਰ ਰਹੇ ਆ ਦੇਖੋ ਛੋਟੇ ਜਿਹੇ ਬੱਚੇ ਸ਼ਰਮ ਆ ਰਹੀ ਸਾਨੂੰ ਤਾਂ ਸਾਰਿਆਂ ਨੂੰ ਆਹ ਦੇਖੋ ਕਿੱਡੇ ਕਿੱਡੇ ਹੋ ਗਏ ਨੇ ਡੋਂਛੇ ਜੇ ਸਾਡੇ ਪੰਜਾਬੀਆਂ ਦੇ ਵਰਡ ਡੋਂਛੇ ਹੋ ਗਏ ਨੇ ਆਹ ਦੇਖੋ ਆਹ ਦੇਖੋ ਕਿੱਡਾ ਛੋਟਾ ਜਿਹਾ ਜਵਾਕ ਕਰ ਰਿਹਾ ਆਹ ਉੱਤੇ ਕੇਬਲ ਕਾਰ ਹੈ ਆ ਹੁਣੇ ਆਪਾਂ ਲਵਾਂਗੇ ਥੋੜ੍ਹੀ ਦੇਰ 'ਚ ਕੇਬਲ ਕਾਰ ਆਹ ਦੇਖੋ ਗਾਇਸ ਛੋਟਾ ਜਿਹਾ ਨਿਆਣਾ ਆ ਲਾਈਕ 3-4 ਸਾਲਾਂ ਦਾ ਆ ਤੇ ਸਾਨੂੰ ਸ਼ਰਮ ਫੀਲ ਕਰਾ ਰਿਹਾ ਵਾਓ ਗਾਇਸ ਆ ਦੇਖੋ ਇੱਥੇ ਆ ਸਾਰਾ ਕੁਝ ਸਕੀਇੰਗ ਲਈ ਅਵੇਲੇਬਲ ਆ ਫੋਰ ਰੈਂਟ ਇੱਥੇ ਤੁਸੀਂ ਲੈ ਕੇ ਆਰਾਮ ਨਾਲ ਸਕੀਇੰਗ ਕਰ ਸਕਦੇ ਹੋ ਇਹ ਕਰ ਰਹੇ ਸਾਰੇ ਲੋਕ ਇੱਥੇ ਸਕੀਇੰਗ ਛੋਟੇ ਛੋਟੇ ਜਵਾਕ 4-4 ਸਾਲਾਂ ਦੇ ਜਵਾਕ ਵੀ ਕਰ ਰਹੇ ਆ ਆਹ ਦੇਖੋ ਇਹ ਉੱਧਰੋਂ ਕੇਬਲ ਕਾਰ ਮੋਸਟਲੀ ਲੋਕ ਇੱਧਰੋਂ ਉੱਪਰ ਜਾ ਕੇ ਅਤੇ ਉੱਧਰੋਂ ਸਕੀਇੰਗ ਕਰਦੇ ਥੱਲੇ ਆ ਰਹੇ ਆ ਸੋ ਈਵੈਂਟ ਜਗ੍ਹਾ ਆ ਇੱਥੇ ਇਹ ਸਪੋਟ ਆ ਇੱਥੇ ਬਹਿ ਕੇ ਖਾ ਪੀ ਸਕਦੇ ਆ ਬ੍ਰੇਕ ਲੈ ਸਕਦੇ ਹੋ ਤੁਸੀਂ ਇੱਥੇ ਅਸੀਂ ਬਹੁਤ ਫਨ ਕੀਤਾ ਹੁਣ ਬਾਹਰ ਫਨ ਕਰਨ ਆਏ ਸੀ ਤਾਂ ਫਨ ਕਰਨਾ ਸੀ ਤਾਂ ਕਰਕੇ ਆਪਾਂ ਵੀਡੀਓ ਨਹੀਂ ਬਣਾਈ ਆ ਸੋਰੀ ਪਰ ਆਹ ਦੇਖੋ ਇੱਥੇ ਸਾਰੇ ਲੋਕ ਕਰ ਰਹੇ ਫਨ ਹੁਣੇ ਪਰ ਉਹ ਲਏ ਆ ਸਕੀਇੰਗ ਮਾੜੀ ਮੋਟੀ ਕੀਤੀ ਪਰ ਹੋਈ ਨਹੀਂ ਸਾਡੇ ਕੋਲ ਫਿਰ ਵੀ ਆਹ ਹੁਣ ਆਪਾਂ ਚੱਲੇ ਹਾਂ ਰੋਲਰ ਕੋਸਟਰ 'ਤੇ ਆਹ ਦੇਖੋ ਆ ਪਿੱਛੇ ਰੋਲਰ ਕੋਸਟਰ ਆ ਸਿੰਗਲ ਪਰਸਨ ਇਕੱਲਾ ਬੰਦਾ ਬਹਿੰਦਾ ਇੱਕ 'ਤੇ ਆਹ ਰੋਲਰ ਕੋਸਟਰ ਹੈ ਇੱਥੇ ਚੱਲੇ ਹੁਣ ਆਪਾਂ ਚਾਰੋ ਅਤੇ ਉੱਪਰੋਂ ਰੇੜ ਕੇ ਆਉਂਦਾ ਬਿਲਕੁਲ ਤੇਜ਼ ਸਪੀਡ 'ਤੇ ਉਹਨੂੰ ਲਵਾਂਗੇ ਕੋਸਟਰ ਵਾਲਿਓ ਚੱਲਿਓ ਰੋਲਰ ਕੋਸਟਰ ਤੇ ਇੰਜੋਇੰਗ ਐਕਸਾਈਟਿਡ ਯੈਸ ਵੈਰੀ ਮਚ ਥੋੜਾ ਸਾ ਡਰ ਲੱਗ ਰਿਹਾ ਬਿਕੋਜ਼ ਅਕੇਲੇ ਬੈਠਾ ਹੈ ਉਸ ਪੇ ਤੋ ਕੀ ਹੋ ਗਿਆ ਡਰ ਕੇ ਆ ਗਏ ਜੀਪ ਹੈ ਮਾਊਂਟੇਨ ਤੋਂ ਡਰ ਨਹੀਂ ਲੱਗਾ ਰੋਲਰ ਕੋਸਟਰ ਹੋਰ ਰੋਲਰ ਕੋਸਟਰ ਅਕੇਲੇ ਯਾਰ ਅਸੀਂ ਜਾਣਗੇ ਚਲੋ ਗਾਇਜ਼ ਆਮ ਵੈਰੀ ਮਚ ਐਕਸਾਈਟਿਡ ਇਹ ਵੀਡੀਓ ਹੈ ਰੋਲਰ ਕੋਸਟਰ ਤੇ ਆ ਮੈਂ ਇਸ ਟਾਈਮ ਕੱਲਾ ਦਿਸ ਇਜ਼ ਅ ਰੋਲਰ ਕੋਸਟਰ ਇਦਾਂ ਆਣਾ ਹੁਣੇ ਤੇਜ਼ ਤੇਜ਼
जा रहे हैं हम उत्ते रोलर कोस्टर राइड। गाइस मैं पहले उतर गया, ये आ रहे बाकी तीन पीछे। Yes, I did it. बेल्ट खोल हाँ, बाद बाद। आजा आजा। How was the ride? Yeah, it was too good. I enjoyed it alone. Okay, the next one. Hello. बेल्ट खोल लो भाजी। बेल्ट खोलो। बेल्ट खोल लो, इतने उतरना है। आगे आगे भी ले आओ ना उसको। How was it? बहुत अच्छा था। मनीषा की वजह से ब्रेक लगाने पड़े। मेरी वजह से क्यों ब्रेक लगाने पड़े? आपकी वजह से। आपकी वजह। क्यों? आपने रेस नहीं दी बीच में। मैंने दी हुई थी रेस। ओ टकरा। रेस ना दे है। ये जब पीछे से। ओ मारी। मैं उसको बोल रही हूँ मनीषा जल्दी चलो और ये मेरे को पीछे से जल्दी चलो। ये मनीषा के कारण हम स्लो, इसने रेस नहीं दी। मैंने आराम से एंजॉय किया। ओवरऑल हाउ वाज इट? ओवरऑल राइड बहुत अच्छी थी, पर मुझे लगा कम टाइम के लिए थी। हाँ, और थोड़ा फिर भी लेकिन 4 यूरो में इतना ही मिलेगा। बट फुल स्पीड पे जो मजा है ना कॉर्नर, वन मोर टाइम नहीं जो कॉर्नर पे मजा है देख लो शक्लां वापसी दी हैं थक हार के। कौन थकिया? तुसी भाजी सुते पे ही ट्रेन च सारी। मैं कदे भी नहीं। सारे सुते पे सी ट्रेन च, मैं भी सुता पिया सी। हुण चले आपां बस अद्धे पौने घंटे च घर पहुंच जाना, फिर असीं सो जाना सारे जाने क्योंकि सवेर दे असीं 4:30 बजे उठे हुए। सो गाइस दिस वाज वन विंटरबर्ग। नेक्स्ट टाइम जिथे जावांगे फिर घुमावांगे तुहानूं। Till then, cheers, ciao, bye bye, sat sri akal, namaste, adab.